ਕਿਵੇਂ ਜੁੱਟੋ? ਹੋਰ ਸਭ ਠੀਕ ਠਾਕ ਹੋਵੋਗੇ? ਤੇ ਤੁਹਾਨੂੰ ਪਤਾ ਹੀ ਆਪਾਂ ਇਟਲੀ ਦੇ ਵਰਕ ਪਰਮਿਟ ਦੇ ਸੰਬੰਧ ਵਿੱਚ ਵੀਡੀਓ ਬਣਾਉਂਦੇ ਹੁੰਦੇ ਸੀ। ਕਈ ਵੀਰ ਭਾਈ ਆਪਣੇ ਪੇਪਰ ਨਹੀਂ ਭਰਾ ਸਕੇ ਹੈਗੇ, ਉਹਨਾਂ ਦੇ ਕਮੈਂਟ ਆਏ ਸੀ ਵੀ ਅਸੀਂ ਕਿਵੇਂ ਜਾਂ ਅਸੀਂ ਕਿਵੇਂ ਜਾ ਸਕਦੇ ਹਾਂ ਇਟਲੀ, ਯੂਰਪ 'ਚ ਕਿਵੇਂ ਐਂਟਰ ਹੋ ਸਕਦੇ ਹਾਂ, ਜਾਂ ਅਸੀਂ ਸਟੱਡੀ ਵੀਜ਼ੇ 'ਤੇ ਕਿਵੇਂ ਜਾ ਸਕਦੇ ਹਾਂ। ਅੱਜ ਆਪਾਂ ਵੀਡੀਓ ਬਣਾਉਣੀ ਹੈ ਸਿਰਫ ਸਟੱਡੀ ਵੀਜ਼ੇ ਬਾਰੇ ਵੀ, ਤੁਸੀਂ ਯੂਰਪ 'ਚ ਕਿਵੇਂ ਐਂਟਰ ਹੋ ਸਕਦੇ ਹੋ ਜਾਂ ਇਟਲੀ ਕਿਵੇਂ ਜਾ ਸਕਦੇ ਹੋ। ਜਿਹੜੇ ਹੋਰ ਸਿਰਫ ਅੱਜ ਬਣਾਵਾਂਗੇ ਆਪਾਂ ਇਟਲੀ ਦੇ ਆਪਣਾ ਸਟੱਡੀ ਵੀਜ਼ੇ ਬਾਰੇ, ਜਾਂ ਇੱਕ ਅੱਧੀ ਕੰਟਰੀ ਹੋਰ ਐਡ ਕਰਾਂਗੇ ਜਿਹੜੀਆਂ ਬਾਕੀ ਨੇ, ਪੋਲੈਂਡ ਹੋ ਗਏ, ਲਾਤਵੀਆ ਹੋ ਗਿਆ ਅਤੇ ਜਰਮਨੀ ਹੋ ਗਿਆ, ਫਰਾਂਸ ਹੋ ਗਿਆ, ਇਹਨਾਂ ਦੀ ਆਪਾਂ ਅਲੱਗ ਕਦੇ ਵੀਡੀਓ ਬਣਾਵਾਂਗੇ। ਵਿਹਲੇ ਹੋ ਗਏ, ਸਿਰਫ ਅੱਜ ਆਪਾਂ ਬਣਾਉਣੀ ਸਿਰਫ ਇਟਲੀ ਦੀ ਵੀਡੀਓ। ਅਤੇ ਅੱਜ ਮੇਰੇ ਨਾਲ ਵੱਡਾ ਵੀਰ ਹੈਗਾ, ਅਤੇ ਕਿਵੇਂ ਵੀਰ? ਹਾਂਜੀ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਸਾਰਿਆਂ ਨੂੰ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਆ, ਸਾਰਿਆਂ ਦਾ ਮੇਰੇ ਅਤੇ ਮੇਰੀ ਪੂਰੀ ਟੀਮ ਨੂੰ ਬਹੁਤ ਬਹੁਤ ਸਵਾਗਤ ਹੈ। ਇਹ ਵੀਰ ਆਪਣਾ ਵੱਡਾ ਭਾਈ ਆ, ਅਤੇ ਆਪਣਾ ਤਾਂ ਵੱਡਾ ਵੀਰ ਕਹਿੰਦਾ, ਬਾਈ ਕਹਿੰਦਾ ਆਪਣਾ, ਅਤੇ ਇਹਨੂੰ ਆਪਣੇ ਨਾਲ ਵੱਧ ਸਟੱਡੀ ਵੀਜ਼ੇ ਦੀ ਨੌਲੇਜ ਹੈਗੀ ਆ। ਚਲੋ ਆਪਾਂ ਨੂੰ ਹੈਗੀ ਆ ਵਰਕ ਪਰਮਿਟ ਬਾਰੇ ਵੀ, ਉੱਥੇ ਕਿਵੇਂ ਆਪਣੇ ਵਰਕ ਪਰਮਿਟ ਭਰੇ ਜਾਂਦੇ ਸੀ। ਅਤੇ ਅੱਜ ਵੀਰ ਭਾਈ ਤੋਂ ਆਪਾਂ ਪੁੱਛਾਂਗੇ ਸਟੱਡੀ ਵੀਜ਼ਾ ਆਪਾਂ ਨੂੰ ਕਿਵੇਂ ਅਪਲਾਈ ਕਰ ਸਕਦੇ ਹਾਂ, ਕਿਹੜੇ ਡਾਕੂਮੈਂਟ ਦੀ ਰਿਕੁਆਇਰਮੈਂਟ ਆ, ਕਿੰਨੇ ਆਪਾਂ ਨੂੰ ਬੈਂਡ ਚਾਹੀਦੇ ਨੇ, ਕਿੰਨੀ ਆਪਾਂ ਨੂੰ ਐਜੂਕੇਸ਼ਨ ਦੀ ਲੋੜ ਆ, ਉਹਦੇ ਸੰਬੰਧ 'ਚ ਆਪਾਂ ਵੀਡੀਓ ਬਣਾਉਣੀ ਆ ਵੀ ਤੁਸੀਂ ਕਿਵੇਂ ਤਿਆਰੀ ਕਰ ਸਕਦੇ ਹੋ, ਆਪਣੇ ਫਾਈਲ ਕਿਵੇਂ ਤਿਆਰ ਕਰ ਸਕਦੇ ਹੋ, ਅਤੇ ਕਿਵੇਂ ਸਟਰੋਂਗ ਬਣਾ ਸਕਦੇ ਹੋ ਵੀ ਤੁਹਾਡੀ ਰਿਫਿਊਜ਼ਲ ਨਾ ਆਵੇ, ਤੁਹਾਡੀ ਪਹਿਲੀ ਵਾਰ ਅਪਲਾਈ ਕਰੋ ਅਤੇ ਤੁਹਾਡਾ ਵੀਜ਼ਾ ਲੱਗ ਕੇ ਆ ਜਾਵੇ। ਅਤੇ ਹੋਰ ਪਰਮ ਸਭ ਠੀਕ ਠਾਕ? ਵਧੀਆ। ਅਤੇ ਆਪਣੇ ਜਿਹੜੇ ਯਾਰ ਮਿੱਤਰ ਨੇ ਜਿਹੜੇ ਆਪਣੀ ਵੀਡੀਓ ਦੇਖਦੇ ਨੇ, ਉਹ ਇਟਲੀ ਜਾਣਾ ਚਾਹੁੰਦੇ ਨੇ ਯੂਰਪ 'ਚ ਐਂਟਰੀ, ਅਤੇ ਉਹਨਾਂ ਨੂੰ ਦੱਸੋ ਵੀ ਆਪਾਂ ਨੂੰ ਕਿੰਨੇ ਬੈਂਡ ਦੀ ਲੋੜ ਪੈਂਦੀ ਆ, ਕਿਹੜੇ ਡਾਕੂਮੈਂਟ ਲੱਗਣਗੇ, ਅਤੇ ਆਪਾਂ ਨੂੰ ਸਟੱਡੀ ਕਿੰਨੀ ਚਾਹੀਦੀ ਆ, ਅਤੇ ਗੈਪ ਬਾਰੇ ਦੱਸਿਓ, ਅਤੇ ਇਹਦੇ ਬਾਰੇ ਆਪਾਂ ਨੂੰ ਸਾਰਾ ਕੁਝ ਦੱਸਿਓ ਵੀ ਕੀ ਹਿਸਾਬ ਕਿਤਾਬ ਆ। ਸਭ ਤੋਂ ਪਹਿਲਾਂ ਤਾਂ ਵੀਰੇ ਆਪਾਂ ਸ਼ੈਂਗਨ ਦੀ ਗੱਲ ਕਰੀਏ। ਸ਼ੈਂਗਨ ਕੰਟਰੀ 26 ਕੰਟਰੀਆਂ ਆ ਜਾਂਦੀਆਂ, ਬੋਰਡਰ ਟੂ ਬੋਰਡਰ ਓਪਨ ਹੈਗੀਆਂ, ਤਾਂ ਉਹਦੇ 'ਚ ਇੱਕ ਇਟਲੀ ਕੰਟਰੀ ਹੈਗੀ। ਇਟਲੀ ਦੇ ਵਿੱਚ ਇੱਦਾਂ ਦਾ ਸਿਸਟਮ ਹੈਗਾ ਵੀ ਉਹੀ ਸਟੂਡੈਂਟ ਅਪਲਾਈ ਕਰਨ ਜਿਨ੍ਹਾਂ ਦੀ ਸਟੱਡੀ ਦੇ ਵਿੱਚ ਜ਼ਿਆਦਾ ਗੈਪ ਨਹੀਂ ਹੈਗਾ। ਸਭ ਤੋਂ ਪਹਿਲੀ ਗੱਲ, ਦੋ ਤਿੰਨ ਸਾਲ ਦਾ ਗੈਪ ਆ, ਸੈਟ ਹੋ ਜੂਗਾ। ਆਈਲੈਟਸ ਕੀਤੀ ਆ ਤੁਹਾਡੇ 5.5-6 ਜਾਂ 6 ਬੈਂਡ ਹੈਗੇ ਆ, ਤੁਸੀਂ ਅਪਲਾਈ ਕਰ ਸਕਦੇ ਹੋ। ਠੀਕ ਆ, ਵਿਦਾਊਟ ਆਈਲੈਟਸ ਵੀ ਅਪਲਾਈ ਕਰ ਸਕਦੇ ਆ, ਪਰ ਉਹ ਸਿਰਫ ਉਹੀ ਸਟੂਡੈਂਟ ਕਰ ਸਕਦੇ ਆ ਜਿਨ੍ਹਾਂ ਨੇ ਜਿਹੜੀ ਆਪਣੀ ਲਾਸਟ ਸਟੱਡੀ ਹੈਗੀ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਹੈ, ਮਤਲਬ ਉਹਨਾਂ ਜਿਹੜੀ ਸਪੀਕਿੰਗ ਹੈਗੀ ਉਹ ਬਹੁਤ ਵਧੀਆ ਹੈਗੀ ਆ। ਠੀਕ ਆ, ਉਹ ਕਨਵਰਸੇਸ਼ਨ ਕਰ ਸਕਦੇ ਆ, ਠੀਕ ਆ, ਇੰਗਲਿਸ਼ ਦੇ ਵਿੱਚ ਬੋਲ ਚਾਲ ਸਕਦੇ ਆ, ਕਿਉਂਕਿ ਉਹਦੇ ਵਿੱਚ ਦੋ ਇੰਟਰਵਿਊ ਹੋਣੇ ਆ। ਅੱਛਾ, ਇੰਟਰਵਿਊ ਲਾਜ਼ਮੀ ਹੈ? ਇੰਟਰਵਿਊ ਲਾਜ਼ਮੀ ਆ, ਪਹਿਲਾਂ ਸਕਾਈਪ 'ਤੇ ਯੂਨੀਵਰਸਿਟੀ ਇੰਟਰਵਿਊ ਕਰਦੀ ਹੈ, ਫਿਰ ਬਾਏ ਫੇਸ ਜਿਹੜੀ ਦਿੱਲੀ ਅੰਬੈਸੀ ਦੇ ਵਿੱਚ ਆਪਾਂ ਨੂੰ ਇੰਟਰਵਿਊ ਕਰਨੀ ਪਊਗੀ, ਦੋ ਇੰਟਰਵਿਊ ਹੋਣਗੀਆਂ। ਅੱਛਾ, ਇਹਦਾ ਮਤਲਬ ਵੀ ਆਈਲੈਟਸ ਵੀ ਆਪਾਂ ਨੂੰ ਜ਼ਰੂਰੀ ਆ, ਜੇ ਆਪਾਂ ਵਿਦਾਊਟ ਆਈਲੈਟਸ ਕਰਦੇ ਹਾਂ ਉਹਦੇ ਵਿੱਚ ਆਪਾਂ ਨੂੰ ਇੰਟਰਵਿਊ ਜ਼ਰੂਰੀ ਆ? ਨਹੀਂ, ਇੰਟਰਵਿਊ ਚਾਹੇ ਤੁਸੀਂ ਵਿਦ ਆਈਲੈਟਸ ਕਰਦੇ ਹੋ ਚਾਹੇ ਵਿਦਾਊਟ ਆਈਲੈਟਸ ਕਰਦੇ ਹੋ, ਇੰਟਰਵਿਊ ਤਾਂ ਦੇਣੀ ਪਏਗੀ। ਬਟ ਜਿਹੜਾ ਹੈਗਾ ਵਿਦਾਊਟ ਆਈਲੈਟਸ ਉਹੀ ਸਟੂਡੈਂਟ ਅਪਲਾਈ ਕਰ ਸਕਦੇ ਹਾਂ ਆਪਾਂ, ਜਿਹੜੇ MOI ਲੈਟਰ ਆਪਣੇ ਕੋਲ ਸਕੂਲ ਤੋਂ ਲੈ ਸਕਦੇ ਹਾਂ। ਜਿਹੜੀ ਸਾਡੀ ਸਟੱਡੀ ਸੀਗੀ ਉਹ ਇੰਗਲਿਸ਼ ਮੀਡੀਅਮ ਸੀਗੀ, ਆਪਾਂ ਉਹਨਾਂ ਦੀ ਵਿਦਾਊਟ ਆਈਲੈਟਸ ਅਪਲਾਈ ਕਰ ਸਕਦੇ ਹਾਂ, ਫਿਰ ਹੀ ਆਫਰ ਲੈਟਰ ਨਿਕਲਣੀ ਆ। ਠੀਕ ਆ, ਅਤੇ ਇਹਦੇ ਵਿੱਚ ਆਪਾਂ ਨੂੰ ਬੈਂਕ ਸਟੇਟਮੈਂਟ ਜਾਂ ਆਪਣੇ ਕਹਿ ਦਿੰਦੇ ਨੇ ਬੈਂਕ ਦਿਖਾਉਣੀ ਜ਼ਰੂਰੀ ਹੁੰਦੀ ਹੈ? ਬੈਂਕ ਸਟੇਟਮੈਂਟ 7-8 ਲੱਖ ਰੁਪਏ ਆਪਾਂ ਨੂੰ ਸ਼ੋਅ ਕਰਨੇ ਪੈਂਦੇ ਆ। ਇੱਥੇ ਫਰੀ ਸਟੱਡੀ ਲਈ ਵੀ ਤੁਸੀਂ ਹੁਣ ਸੁਣਿਆ ਹੋਣਾ ਸ਼ਾਇਦ, ਫਰੀ ਸਟੱਡੀ ਲਈ ਵੀ ਆਪਾਂ ਜਾ ਸਕਦੇ ਹਾਂ। ਫਰੀ ਸਟੱਡੀ ਦੇ ਵਿੱਚ ਇਹ ਹੈਗਾ ਉੱਥੇ ਸਕੋਲਰਸ਼ਿਪ ਇਸ਼ੂ ਹੁੰਦੀ ਹੈ ਵਧੀਆ ਸਟੂਡੈਂਟਸ ਨੂੰ, ਜਿਨ੍ਹਾਂ ਦੀ ਸਟੱਡੀ ਦੇ ਵਿੱਚ ਜ਼ਿਆਦਾ ਗੈਪ ਨਹੀਂ ਹੈਗਾ, 5.5-6 ਬੈਂਡ ਆਈਲੈਟਸ ਦੇ ਵਿੱਚੋਂ ਹੈਗੇ ਆ, ਉਹਨਾਂ ਨੂੰ ਸਕੋਲਰਸ਼ਿਪ ਲੱਗ ਜਾਂਦੀ ਹੈ। ਟੋਟਲੀ ਸਟੱਡੀ ਜਿਹੜੀ ਹੈਗੀ ਉਹ ਫਰੀ ਹੁੰਦੀ ਹੈ ਉੱਥੇ, ਫਰੀ ਆਫ ਕੋਸਟ ਸਟੱਡੀ ਹੁੰਦੀ ਆ। ਤੁਸੀਂ ਗ੍ਰੈਜੂਏਸ਼ਨ ਲਈ ਜਾਂਦੇ, ਤੁਸੀਂ ਮਾਸਟਰ ਲਈ ਜਾਂਦੇ, ਤੁਹਾਨੂੰ ਕੋਈ ਫੀਸ ਪੇ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਅੱਛਾ, ਜਿਹੜੇ ਬਾਈ ਜਾਣ, ਹੁਣ ਤਾਂ ਆਪਾਂ ਆਈਲੈਟਸ ਦੀ ਗੱਲ ਕਰੀ, ਵਿਦਾਊਟ ਆਈਲੈਟਸ ਦੀ ਗੱਲ ਕਰੀ, ਅਤੇ ਇੰਟਰਵਿਊ ਵੀ ਵਿੱਚ ਆਪਣਾ ਆ ਗਿਆ ਜ਼ਿਕਰ। ਜਿਹੜੇ ਵੀਰ ਭਾਈ ਆਪਣੇ ਆਈਲੈਟਸ ਨਹੀਂ ਕਰ ਸਕਦੇ, ਥੋੜ੍ਹੇ ਜਿਹਾ ਆਪਣੇ ਡਾਊਨ ਨੇ ਆਪਣੇ ਸਟੱਡੀ 'ਚ, ਹੋ ਗਿਆ ਤੁਹਾਨੂੰ ਪਤਾ ਹੀ ਆ ਪੰਜਾਬ ਦੀ ਸਟੱਡੀ ਕਿਵੇਂ ਆ, ਜਿਹੜੇ ਇੰਟਰਵਿਊ ਕਲੀਅਰ ਕਰ ਸਕਦੇ, ਉਹ ਫਿਰ ਯੂਰਪ 'ਚ ਕਿਵੇਂ ਜਾ ਸਕਦੇ? ਕੋਈ ਹੋਰ ਕੋਈ ਪਲੱਸ ਹੈ ਉਹਨਾਂ ਬੰਦਾ? ਯੂਰਪ ਦੇ ਵਿੱਚ ਵੀ ਵਿਦਾਊਟ ਆਈਲੈਟਸ ਦੀ ਆਪਾਂ ਗੱਲ ਕਰੀਏ ਤਾਂ ਕਾਫੀ ਕੰਟਰੀਆਂ ਹੈਗੀਆਂ, ਲਾਈਕ ਜਿੱਦਾਂ ਲਾਤਵੀਆ ਹੋ ਗਈ, ਲਿਥੂਆਨੀਆ, ਮਾਲਟਾ। ਮਾਲਟਾ ਦੇ ਵਿੱਚ ਵੀਜ਼ਾ ਚਾਂਸਿਸ ਜ਼ਿਆਦਾ ਹੈਗੇ ਆ, ਲੇਕਿਨ ਅੱਜ ਦੇ ਡੇਟ ਦੇ ਵਿੱਚ ਜਿਹੜੇ ਮੈਡੀਕਲ ਨਾਲ ਰਿਲੇਟਡ ਸਟੂਡੈਂਟ ਨੇ ਉਹੀ ਮਾਲਟਾ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਆਪਾਂ, ਉਹਨਾਂ ਦੇ ਜ਼ਿਆਦਾ ਵੀਜ਼ਾ ਚਾਂਸਿਸ ਰਹਿਣਗੇ। ਅਤੇ ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਜਿਹੜੇ ਸਟੂਡੈਂਟ ਦਾ ਗੈਪ ਵੀ ਬਹੁਤ ਹੋ ਚੁੱਕਾ, ਜਦੋਂ 10-12 ਸਾਲ ਦਾ ਸਟੱਡੀ 'ਚ ਗੈਪ ਹੋ ਚੁੱਕਾ, ਲੇਕਿਨ ਉਹ ਸ਼ੈਂਗਨ ਪਹੁੰਚਣਾ ਚਾਹੁੰਦਾ ਹੈ ਨਾ, ਕਿਸੇ ਵੀ ਵੇ ਨਾਲ ਉਹ ਘੱਟ ਪੈਸੇ ਲਾ ਕੇ ਉਹ ਸ਼ੈਂਗਨ ਪਹੁੰਚਣਾ ਚਾਹੁੰਦਾ ਕਿਸੇ ਵੀ ਵੀਜ਼ਾ ਨੂੰ ਲੈ ਕੇ, ਤਾਂ ਉਹਦੇ ਲਈ ਇੱਕ ਬੈਸਟ ਆਪਸ਼ਨ ਹੈਗੀ ਆਪਣੇ ਕੋਲ, ਇੱਕ ਅਲਬੇਨੀਆ ਕੰਟਰੀ ਨਵੀਂ ਓਪਨ ਹੋਈ ਆ ਸਟੂਡੈਂਟ ਵੀਜ਼ਾ ਨੂੰ ਲੈ ਕੇ, ਉਹਦੇ ਵਿੱਚ ਹੋਸਪਿਟੈਲਿਟੀ ਮੈਨੇਜਮੈਂਟ ਦਾ ਕੋਰਸ ਮਿਲਦਾ। ਅੱਛਾ, ਉਹ 6 ਮਹੀਨੇ ਦੀ ਜਿਹੜੀ ਹੈਗੀ ਆ ਸਟੱਡੀ ਉਹਨੂੰ ਅਲਬੇਨੀਆ ਦੇ ਵਿੱਚ ਕਰਨੀ ਪਊਗੀ, ਉਸ ਤੋਂ ਬਾਅਦ ਜਿਹੜੀ 3 ਮਹੀਨੇ ਦੀ OJT ਉਹਦੀ ਲੱਗਣੀ ਆ, ਟ੍ਰੇਨਿੰਗ ਪਰਪਜ ਲਈ ਲੱਗਣੀ ਆ, ਉਹ ਫਰਾਂਸ ਦੇ ਵਿੱਚ ਹੋਏਗੀ। ਅੱਛਾ, ਔਰ ਸਭ ਤੋਂ ਬੈਸਟ ਹੈਗਾ ਉਹਦੀ ਜਿਹੜੀ ਇਹ ਟ੍ਰੇਨਿੰਗ ਪਰਪਜ ਉਹਦਾ ਹੈਗਾ, ਉਹ ਉਹਦੀ ਆਫਰ ਲੈਟਰ ਦੇ ਉੱਪਰ ਹੀ ਮੈਂਸ਼ਨ ਹੋ ਕੇ ਆਏਗਾ ਕਿ ਉਹਨੇ 6 ਮਹੀਨੇ ਅਲਬੇਨੀਆ ਪੜ੍ਹਨਾ, ਉਸ ਤੋਂ ਬਾਅਦ 3 ਮਹੀਨੇ
ਜਿਹੜਾ ਉੱਥੇ ਸ਼ਾਇਦ ਮੰਨ ਲਓ ਤੁਸੀਂ ਕਹਿੰਦੇ ਹੋ ਫਰਾਂਸ ਦਾ 3 ਮਹੀਨੇ ਦਾ ਵੀਜ਼ਾ ਲੱਗਣਾ ਉੱਥੋਂ ਅਪਲਾਈ ਹੋਣਾ ਇੰਡੀਆ ਤੋਂ ਅਪਲਾਈ ਹੋ ਕੇ ਜਾਣਾ ਨਹੀਂ ਉਹ ਪਹਿਲੇ ਇੱਥੋਂ ਹੀ ਜਿਹੜਾ ਹੈਗਾ ਸਿਸਟਮ ਆਫਰ ਲੈਟਰ ਇੱਥੋਂ ਹੀ ਆਏਗੀ ਇੱਥੇ ਆਫਰ ਲੈਟਰ ਦੇ ਉੱਪਰ ਮੈਂਸ਼ਨ ਹੋਏਗਾ ਜਿਹੜੀ ਯੂਨੀਵਰਸਿਟੀ ਕਾਲਜ ਆ ਉਹ ਉਹਨੇ ਉਹਦੇ ਵੱਲੋਂ ਹੀ ਕਰਵਾਇਆ ਜਾਊਗਾ ਉਹਦੀ ਕੋਈ ਦਿੱਕਤ ਨਹੀਂ ਹੈਗੀ ਉਹਦਾ ਜਿਹੜਾ ਇੱਥੋਂ ਹੀ ਵੀਜ਼ਾ ਵੈਲ ਫਰਾਂਸ ਹੋਏਗਾ ਪਹਿਲਾਂ ਇੱਥੋਂ ਵੀਜ਼ਾ ਅਲਬਾਨੀਆ ਦਾ ਲੱਗੇਗਾ ਅਲਬਾਨੀਆ ਤੋਂ ਜਿਹੜੀ ਹੈਗੀ ਆ ਵੈਲ ਯੂਨੀਵਰਸਿਟੀ ਦੇ ਨਾਲ ਐਗਰੀਮੈਂਟ ਹੋਏਗਾ ਉਹ ਉੱਥੋਂ ਕਰਵਾ ਕੇ ਦੇਗੀ ਪਰ ਹੋਏਗਾ ਉਹਨਾਂ ਦੇ ਜਿਹੜੇ ਸਟੂਡੈਂਟ ਪ੍ਰੋਪਰਲੀ ਕਲੀਅਰ ਕਰਨਗੇ 6 ਮਹੀਨੇ ਦੀ ਸਟੱਡੀ ਜਿਹੜੇ ਕੰਟੀਨਿਊ ਸਟੱਡੀ ਕਰਨਗੇ ਹਾਂਜੀ ਜੇ ਬਾਈ ਜਣ ਉਹ ਵੀ ਲਿਚਕੜੀ ਚੀਜ਼ ਕਰ ਲਾਂਗੇ ਫਿਰ ਉਹਨਾਂ ਨੂੰ ਵੀ ਦਿੱਕਤ ਆ ਹਾਂ ਉੱਥੇ ਜਾ ਕੇ ਜੇ ਹੁਣ ਸਟੂਡੈਂਟ ਪੜ੍ਹਦੇ ਹੀ ਨਹੀਂ ਪਿਆ ਜਾਂ ਸਟੂਡੈਂਟ ਦਾ ਪਤਾ ਹੀ ਨਹੀਂ ਯੂਨੀਵਰਸਿਟੀ ਕੋਲ ਡਿਟੇਲ ਨਹੀਂ ਹੈਗੀ ਫਿਰ ਤਾਂ ਕਿਤੇ ਨਾ ਕਿਤੇ ਦਿੱਕਤ ਆਉਣਗੀਆਂ ਤੇ ਆਹ ਸੀ ਆਪਣਾ ਇਟਲੀ ਦਾ ਸਟੱਡੀ ਵੀਜ਼ਾ ਜੇ ਤੁਸੀਂ ਹੋਰ ਕੋਈ ਆਪਣੇ ਸਟੱਡੀ ਵੀਜ਼ੇ ਬਾਰੇ ਜਾਣਨਾ ਚਾਹੁੰਦੇ ਆ ਇਟਲੀ ਦੇ ਭਾਵੇਂ ਕੋਈ ਯੂਰਪ ਦੇ ਉਹ ਅਲੱਗ ਵੀਡੀਓ ਬਣਾਇਆ ਕਰਾਂਗੇ ਅਤੇ ਆਪਣੇ ਵੀਰ ਦਾ ਆਪਾਂ ਨੰਬਰ ਆਪਾਂ ਦੇ ਦਾਂਗੇ ਤੁਸੀਂ ਸਟੱਡੀ ਵੀਜ਼ੇ ਬਾਰੇ ਹੋਰ ਬਰੀਕੀ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਕੁਝ ਗੱਲਾਂ ਰਹਿ ਜਾਂਦੀਆਂ ਨੇ ਵੀਡੀਓ 'ਚ ਜਿਹੜੀਆਂ ਨਹੀਂ ਜ਼ਿਕਰ ਕਰੀਆਂ ਜਾਂਦੀਆਂ ਹੈਗੀਆਂ ਨਹੀਂ ਤਾਂ ਇਹ 2-3 ਘੰਟੇ ਦੀ ਵੀਡੀਓ ਬਣ ਸਕਦੀ ਆ ਇਹੀ ਤੁਹਾਨੂੰ ਵੀਡੀਓ 'ਚ ਦੱਸਣਾ ਸੀ ਵੀ ਤੁਸੀਂ ਇਟਲੀ ਦਾ ਵਰਕ ਪਰਮਿਟ ਸੋਚੋ ਸਟੱਡੀ ਵੀਜ਼ਾ ਆਪਣਾ ਕਿਵੇਂ ਅਪਲਾਈ ਕਰ ਸਕਦੇ ਹੋ ਕਿਵੇਂ ਤੁਹਾਨੂੰ ਰਿਕੁਆਇਰਮੈਂਟ ਆ ਡਾਕੂਮੈਂਟ ਦੀ ਕਿਵੇਂ ਤੁਸੀਂ ਪੂਰੀ ਕਰਨੀ ਆ ਅਤੇ ਬਾਈ ਦਾ ਮੈਂ ਨੰਬਰ ਦੇ ਦੇਣਾ ਇੰਸਟਾਗ੍ਰਾਮ ID ਦੇ ਦੇਣੀ ਆ ਤੁਸੀਂ ਜਾ ਕੇ ਉੱਥੇ ਵੀਰ ਭਾਏ ਵੀਰ ਨਾਲ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਤੁਹਾਡੇ ਦਿਲ ਦੀ ਮਨ 'ਚ ਆਏਗਾ ਸਵਾਲ ਹੈਗਾ ਸਟੱਡੀ ਵੀਜ਼ੇ ਬਾਰੇ ਉਹ ਪੁੱਛ ਸਕਦੇ ਹੋ ਅਤੇ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਸਟੱਡੀ ਵੀਜ਼ੇ ਬਾਰੇ ਭਾਵੇਂ ਕੋਈ ਪੋਲੈਂਡ ਦੀ ਕੋਈ ਵੀ ਹੋਰ ਦੇਖਦੇ ਹਾਂ ਕਿਹੜੀ ਬਣਦੀ ਆ ਅਤੇ ਉਹ 'ਤੇ ਆਪਾਂ ਮਿਲਾਂਗੇ ਸਟੱਡੀ ਵੀਜ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਗਲੀ ਵੀਡੀਓ 'ਚ ਤੋ ਇੰਨੀ ਕੁ ਵੀਡੀਓ ਸੀ ਅਤੇ ਦਿਓ ਇਜਾਜ਼ਤ ਮਿਲਦੇ ਸਤਿ ਸ਼੍ਰੀ ਅਕਾਲ ਅਤੇ ਵੀਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਇਹ ਨਾ ਹੋਵੇ ਤੁਸੀਂ ਵੀਡੀਓ ਦੇਖੋ ਅਤੇ ਚਲੇ ਜਾਓ ਇੰਨਾ ਕੁ ਮੇਰਾ ਕੰਮ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਹੁਣ ਮਿਲਦੇ ਹਾਂ।